ਹੁਣ ਪੰਜਾਬ ਦੇ ਮੁਲਾਜ਼ਮ ਪਰਿਵਾਰਾਂ ਤੇ ਬੱਚਿਆਂ ਸਮੇਤ ਸੜਕਾਂ ਤੇ ਨਿਕਲਣਗੇ। ਦਰਅਸਲ ਮੁਲਾਜ਼ਮ ਆਗੂ ਸਰਕਾਰ ਦੇ ਵੱਲੋਂ ਵਾਰ ਵਾਰ ਮੀਟਿੰਗਾਂ ਮੁਲਤਵੀ ਕਰਨ ਕਾਰਨ ਕਾਫੀ ਭੜਕੇ ਹੋਏ ਨੇ। ਦੱਸ ਦਈਏ ਕਿ ਮੁਲਾਜ਼ਮ ਜਿਹੜੇ ਨੇ ਹੁਣ 23 ਅਕਤੂਬਰ ਤੋਂ ਮੋਹਾਲੀ ਵਿਖੇ ਪਰਿਵਾਰਾਂ ਸਮੇਤ ਮੋਰਚਾ ਲਾਉਣ ਦੀ ਤਿਆਰੀ ਦੇ ਵਿੱਚ ਨੇ। ਸੋ ਇਸ ਦੇ ਬਾਬਤ ਗੱਲਬਾਤ ਕਰ ਲੈਂਦੇ ਹਾਂ ਫੋਨ ਲਾਈਨ 'ਤੇ ਨੇ ਸਾਡੇ ਨਾਲ ਸੀਨੀਅਰ ਪੋਲੀਟੀਕਲ ਐਡੀਟਰ ਤਰਲੋਚਨ ਸਿੰਘ ਜੀ। ਸਰ, ਮੁਲਾਜ਼ਮ ਜਿਹੜੇ ਨੇ ਹੁਣ ਆਪਣੇ ਪਰਿਵਾਰਾਂ ਅਤੇ ਬੱਚਿਆਂ ਸਮੇਤ ਸੰਘਰਸ਼ ਕਰਨ ਦੀ ਤਿਆਰੀ ਦੇ ਵਿੱਚ ਨੇ, ਸੜਕਾਂ 'ਤੇ ਉਤਰਨਗੇ? ਦੇਖੋ, ਪਿਛਲੇ ਲੰਬੇ ਸਮੇਂ ਤੋਂ ਵੱਖ ਵੱਖ ਵਰਗਾਂ ਦੇ ਮੁਲਾਜ਼ਮ ਜਿਹੜੇ ਨੇ ਉਹ ਸੰਘਰਸ਼ ਕਰ ਰਹੇ ਨੇ ਔਰ ਹਰੇਕ ਢੰਗ ਤਰੀਕਾ ਅਪਣਾਉਣ ਦਾ ਯਤਨ ਕਰ ਰਹੇ ਨੇ ਜਿਹਦੇ ਨਾਲ ਪੰਜਾਬ ਸਰਕਾਰ ਦੇ ਕੰਨਾਂ 'ਚ ਉਹਨਾਂ ਦੀ ਆਵਾਜ਼ ਪਹੁੰਚੇ। ਪਰ ਪਿਛਲੇ ਸਮੇਂ ਪੰਜਾਬ ਸਰਕਾਰ ਵੱਲੋਂ ਜਦੋਂ ਵੀ ਕੋਈ ਵਰਗ ਰੈਲੀ ਕਰਦਾ, ਧਰਨਾ ਮਾਰਦਾ ਜਾਂ ਸਟ੍ਰਾਈਕ ਕਰਦਾ, ਉਹਨੂੰ ਮੀਟਿੰਗ ਦਾ ਸਮਾਂ ਦੇ ਦਿੰਦੇ ਨੇ। ਪਰ ਮੀਟਿੰਗਾਂ ਲਗਾਤਾਰ ਪੋਸਟਪੋਨ ਹੋਣ ਕਾਰਨ ਮੁਲਾਜ਼ਮ ਲੀਡਰਾਂ ਦੀ ਹਾਲਤ ਬਹੁਤ ਕੀ ਕਹਿ ਲਈਏ ਆਪਾਂ, ਵੱਖਰੇ ਤਰ੍ਹਾਂ ਦੀ ਬਣੀ ਹੈ। ਇੱਕ ਪਾਸੇ ਉਹਨਾਂ ਨੇ ਆਪਣੇ ਕੇਡਰ ਨੂੰ ਜਵਾਬ ਦੇਣਾ ਹੁੰਦਾ, ਔਰ ਦੂਸਰੇ ਪਾਸੇ ਸਰਕਾਰ ਜਦੋਂ ਮੀਟਿੰਗ ਤੈਅ ਕਰਕੇ ਪੋਸਟਪੋਨ ਕਰ ਦਿੰਦੀ ਤੇ ਉਹਨਾਂ ਦੀ ਹਾਲਤ ਹਾਸੋਹੀਣੀ ਬਣ ਜਾਂਦੀ ਹੈ। ਸੋ ਇਸ ਨੂੰ ਲੈ ਕੇ ਮੁਲਾਜ਼ਮ ਲੀਡਰਾਂ ਵਿੱਚ ਬੜਾ ਵੱਡਾ ਰੋਸ ਹੈ ਔਰ ਪਾਵਰਕੌਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਦੀ ਹੰਗਾਮੀ ਮੀਟਿੰਗ ਤੋਂ ਬਾਅਦ ਜਿਹੜੇ ਇਸ ਯੂਨੀਅਨ ਦੇ ਲੀਡਰ ਨੇ ਬਲਿਹਾਰ ਸਿੰਘ, ਰਜੇਸ਼ ਕੁਮਾਰ ਮੌੜ, ਟੇਕ ਚੰਦ, ਸੁਖਪਾਲ ਸਿੰਘ, ਸੁਖਚੈਨ ਸਿੰਘ, ਉਹਨਾਂ ਨੇ ਆਪਣੀ ਵਿਥਿਆ ਸੁਣਾਉਂਦਿਆਂ ਦੱਸਿਆ ਵੀ 16 ਅਗਸਤ ਨੂੰ ਪਰਿਵਾਰਾਂ ਸਮੇਤ ਉਹਨਾਂ ਨੇ ਖਰੜ 'ਚ ਰੋਸ ਪ੍ਰਦਰਸ਼ਨ ਕੀਤਾ ਸੀ, ਧਰਨਾ ਮਾਰਿਆ ਸੀ, ਔਰ ਜਿਹਦੇ ਵਿੱਚ ਮੰਗ ਕੀਤੀ ਗਈ ਸੀ ਵੀ ਆਊਟਸੋਰਸ ਮੁਲਾਜ਼ਮ ਜਿਹੜੇ ਨੇ ਉਹਨਾਂ ਨੂੰ ਬਿਜਲੀ ਨਿਗਮ ਵਿੱਚ ਮਰਜ ਕੀਤਾ ਜਾਵੇ ਔਰ ਮੁਲਾਜ਼ਮਾਂ ਨੂੰ ਘੱਟੋ ਘੱਟ ਜਿਉਣ ਯੋਗ, ਗੁਜ਼ਾਰੇ ਯੋਗ ਜਿਹੜੀਆਂ ਤਨਖਾਹਾਂ ਦਿੱਤੀਆਂ ਜਾਣ ਤੇ ਕਰੰਟ ਕਾਰਨ ਮਰਨ ਵਾਲੇ ਜਿਹੜੇ ਵਰਕਰ ਨੇ, ਮੁਲਾਜ਼ਮ ਨੇ, ਉਹਨਾਂ ਦੇ ਵਾਰਸਾਂ ਨੂੰ 1 ਕਰੋੜ ਰੁਪਇਆ ਮੁਆਵਜ਼ਾ ਦਿੱਤਾ ਜਾਵੇ ਤੇ 1 ਜੀ ਨੂੰ ਨੌਕਰੀ ਦਿੱਤੀ ਜਾਵੇ। ਔਰ ਇਹ ਜਿਹੜਾ ਪ੍ਰੋਟੈਸਟ ਸੀ, ਇਸ ਤੋਂ ਬਾਅਦ ਪੰਜਾਬ ਸਰਕਾਰ ਨੇ 28 ਅਗਸਤ ਨੂੰ ਯੂਨੀਅਨ ਨੂੰ ਮੀਟਿੰਗ ਦਾ ਸਮਾਂ ਦਿੱਤਾ ਸੀ ਔਰ ਮੀਟਿੰਗ 'ਚ ਇਸ ਮੀਟਿੰਗ 'ਚ 28 ਅਗਸਤ ਦੀ ਮੀਟਿੰਗ 'ਚ ਬਿਜਲੀ ਮੰਤਰੀ ਜਿਹੜੇ ਹਰਭਜਨ ਸਿੰਘ ETO ਨੇ ਉਹ ਸ਼ਾਮਲ ਹੀ ਨਹੀਂ ਹੋਏ ਸੀ, ਜਿਹਦੇ ਕਰਕੇ ਇਹ ਮੀਟਿੰਗ ਬੇਅਰਥ ਰਹਿ ਗਈ ਔਰ 28 ਅਗਸਤ ਨੂੰ ਫਿਰ ਇਸ ਯੂਨੀਅਨ ਨੂੰ 6 ਸਤੰਬਰ ਦੀ ਮੀਟਿੰਗ ਦਾ ਸਮਾਂ ਦਿੱਤਾ ਗਿਆ ਔਰ ਮੁਲਾਜ਼ਮ ਲੀਡਰਸ਼ਿਪ ਤਿਆਰੀ ਕਰਦੀ ਰਹੀ ਵੀ 6 ਸਤੰਬਰ ਨੂੰ ਸਰਕਾਰ ਅੱਗੇ ਆਪਣੇ ਕਿਹੜੇ ਤੱਥ ਰੱਖਣਗੇ, ਕਿਵੇਂ ਆਪਣੀ ਗੱਲ ਜਸਟੀਫਾਈ ਕਰਨਗੇ। ਉਹ ਇਸ ਤਿਆਰੀ 'ਚ ਸਨ ਕਿ ਉਹਨਾਂ ਨੂੰ ਮੈਸੇਜ ਆ ਗਿਆ ਵੀ 6 ਸਤੰਬਰ ਦੀ ਮੀਟਿੰਗ ਪੋਸਟਪੋਨ ਹੈ ਤੇ ਹੁਣ 16 ਸਤੰਬਰ ਨੂੰ ਸਰਕਾਰ ਯੂਨੀਅਨ ਨਾਲ ਮੀਟਿੰਗ ਕਰੇਗੀ, ਜਿਹਦੇ ਪ੍ਰੋਟੈਸਟ 17 ਸਤੰਬਰ ਨੂੰ ਖਰੜ 'ਚ ਮੁਲਾਜ਼ਮਾਂ ਨੇ ਬਹੁਤ ਵੱਡਾ ਪ੍ਰੋਟੈਸਟ ਕੀਤਾ ਪਰਿਵਾਰਾਂ ਬੱਚਿਆਂ ਸਮੇਤ ਔਰ ਉਸ ਵੇਲੇ ਪੁਲਿਸ ਨੇ ਵੀ ਸਾਰੇ ਪੰਜਾਬ 'ਚ ਇਹ ਬਿਜਲੀ ਕਾਮਿਆਂ ਨੂੰ ਰੋਕਣ ਦਾ ਯਤਨ ਕੀਤਾ ਪਰ ਵੱਡੀ ਗਿਣਤੀ ਵਿੱਚ ਜਿਹੜੇ ਮੁਲਾਜ਼ਮ ਸੀ ਉਹ ਖਰੜ ਨੇੜੇ ਪਹੁੰਚ ਕੇ ਸੜਕਾਂ ਜਾਮ ਕਰ ਦਿੱਤੀਆਂ ਤੇ ਜਦੋਂ ਹਾਲਾਤ ਬੇਕਾਬੂ ਹੋ ਗਏ ਤੇ ਫਿਰ ਪੁਲਿਸ ਨੇ ਮੁੱਖ ਮੰਤਰੀ ਦਫ਼ਤਰ ਨੂੰ ਫੋਨ ਖੜਕਾਏ ਤੇ ਡਿਪਟੀ ਸਕੱਤਰ ਜਿਹੜੇ ਮੁੱਖ ਮੰਤਰੀ ਦੇ ਨਵਰਾਜ ਬਰਾੜ ਉਹਨਾਂ ਨੇ ਮੀਟਿੰਗ ਕੀਤੀ ਯੂਨੀਅਨ ਦੇ ਲੀਡਰਾਂ ਨਾਲ ਔਰ 27 ਸਤੰਬਰ ਨੂੰ ਮੀਟਿੰਗ ਦਾ ਸਮਾਂ ਦਿੱਤਾ। ਪਰ ਹੈਰਾਨੀਜਨਕ ਜਾਣਕਾਰੀ ਇਹ ਦਿੱਤੀ ਲੀਡਰਸ਼ਿਪ ਨੇ ਵੀ ਜਿਹੜੀ 27 ਸਤੰਬਰ ਵਾਲੀ ਮੀਟਿੰਗ ਹੈ ਉਹ ਵੀ ਮੁਲਤਵੀ ਕਰ ਦਿੱਤੀ, ਤਕਰੀਬਨ 1 ਮਹੀਨਾ ਅੱਗੇ ਪਾ ਦਿੱਤੀ, 21 ਅਕਤੂਬਰ ਨੂੰ ਮੀਟਿੰਗ ਕਰ ਦਿੱਤੀ, ਜਿਹਦੇ ਰੋਸ ਵਜੋਂ ਹੁਣ ਲੀਡਰਸ਼ਿਪ ਨੇ ਵੈਸੇ ਤੇ ਸਰਕਾਰ ਨੂੰ ਬਹੁਤ ਲੰਬਾ ਸਮਾਂ ਦੇ ਦਿੱਤਾ ਔਰ ਇਹ ਗੱਲ ਵਾਰਨਿੰਗ ਦੇ ਦਿੱਤੀ ਹੈ ਵੀ ਜੇ 21 ਅਕਤੂਬਰ ਨੂੰ ਵੀ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ
ਤੇ ਉਹ ਪੱਕਾ ਮੋਰਚਾ ਮੋਹਾਲੀ ਚੰਡੀਗੜ੍ਹ ਦੀ ਸੜਕ ਤੇ ਲਾ ਦੇਣਗੇ 23 ਅਕਤੂਬਰ ਤੋਂ। ਔਰ ਵੱਡੀ ਗੱਲ ਇਹ ਕਹੀ ਵੀ ਇਸ ਧਰਨੇ ਵਿੱਚ ਉਹਨਾਂ ਦੇ ਪਰਿਵਾਰ ਤੇ ਬੱਚੇ ਵੀ ਸ਼ਾਮਿਲ ਹੋਣਗੇ। ਸੋ ਸ਼ਾਇਦ ਬਹੁਤ ਹੀ ਪਰੇਸ਼ਾਨੀ ਦੇ ਦੌਰ ਵਿੱਚ ਚੱਲ ਰਹੇ ਮੁਲਾਜ਼ਮ ਹੁਣ ਸਰਕਾਰ ਕੋਲ ਆਪਣੀ ਗੱਲ ਪਹੁੰਚਾਉਣ ਲਈ ਸੜਕਾਂ ਉੱਪਰ ਆਪਣੇ ਪਰਿਵਾਰਾਂ ਨੂੰ ਬੱਚਿਆਂ ਨੂੰ ਵੀ ਬਿਠਾਉਣ ਲਈ ਮਜਬੂਰ ਹੋ ਰਹੇ ਨੇ।